आपने तो लाई है, लेकिन मैं ना हाथ च फड़ी है ना मच्छर। बिस्मिल्लाह रहमान रहीम, अस्सलाम वालेकुम। मैं हाँ थोड़ी भैन पंजाबी पठानी, तुम देख रहे हो मेरे यूट्यूब चैनल। अल्लाह पाक तो खुश रखे, आबाद रखे। इसी दुआ के नाल शुरू करते हैं आज का व्लॉग। उस दिन मैं सुरमा लैके आई सी, तो हूँ ना बिलाल दे अखा च सुरमा पौन लगी हाँ। चलते हैं, अज मैं अपनी दवाई भी लैके आनी हाँ, तो बिलाल की भी दवाई लिया। ये ना पता नहीं इनू की वजह, दो दिन ठीक रहा वा, फिर तीसरे दिन इन ना बुखार चढ़ जाता वा। पता नहीं इनू की मसला, यदि चेहरा देखो ना किस तरह पीला पीला हो, कमजोर किन्ना होया। पता नहीं दवाइया खा खा के ना, वैसे भी ना खुश्की जी हत्थां ते चिंबड़ी हुई है। अगर शायद लोशन नहीं मिल गई खुश्की, ये ना एक मैं अपनी मोटर मोटी चादर पाई आ, ते एक ना बिलाल दा सूट पाया वा, क्यों छोटे बच्चे दा ना एक सूट लाजमी, एक दो लाजमी जाने चाहिए आ। सौ बंदे नाल रास्ते च वादा घाटा हो जाए तो फिर बंदे नूं टेंशन नहीं होंदी। ते चलते हैं हुण घरों निकलन लगे हैं, दोपहर दे 11 बजे आ। ते वैसे भी वो डॉक्टर जिहड़ा वा ना शाम नूं बैंदा वा, ते बिलाल ने रुट पे नहीं सी इन्हें क बिलाल ने तो लाई है, लेकिन मैं ना हाथ च फड़ी है ना मच्छर का मौसम आ। तो मैं ख्या रास्ते च मच्छर वगैरह उड़ते हैं, अखा च पै जाए तो फिर मुसीबत च बैठी रहूँगी। तो अपना इंतजाम नाल बंदा रखे तो अच्छी गल। चल चल
ਲੈ ਲਈ ਆ ਤੇ ਹੁਣ ਵਾਪਸੀ ਅਸੀਂ ਘਰ ਨੂੰ ਜਾਵਾਂਗੇ। ਲੇਟ ਤਾਂ ਅਸੀਂ ਹੋ ਗਏ ਹਾਂ ਲੇਕਿਨ ਜਾਣਾ ਤਾਂ ਲਾਜ਼ਮੀ ਆ ਘਰ, ਕਿਉਂ ਵਾਪਸੀ ਪਿੱਛੇ ਬੇਟਾ ਜਿਹੜਾ ਵਾ ਨਾ ਉਹ ਵੀ ਇਕੱਲਾ ਵਾ, ਇਸ ਕਰਕੇ ਜਾਣਾ ਵਾ। ਨਾਲ ਅਜ਼ੀਜ਼ ਫਾਤਮਾ ਹਸਪਤਾਲ ਵੀ ਆ ਅਤੇ ਮੈਂ ਇਸ ਹਸਪਤਾਲ ਨੂੰ ਦਵਾਈ ਲਈ ਹਾਂ। ਰਾਤੀ ਮੈਂ ਦਵਾਈ ਲੈ ਕੇ ਆਈ ਹਾਂ ਅਤੇ ਨਾ ਘਰ ਅਸੀਂ ਲੇਟ ਪਹੁੰਚੇ ਸੀਗੇ ਅਤੇ ਵੀਡੀਓ ਨਾ ਸਾਡੇ ਕੋਲ ਪੂਰੀ ਨਹੀਂ ਬਣ ਸਕੀ, ਕਿਉਂ ਮੈਨੂੰ ਵੀ ਬੁਖਾਰ ਚੜਿਆ ਸੀਗਾ ਅਤੇ ਤਬੀਅਤ ਮੇਰੀ ਵੀ ਖਰਾਬ ਸੀ, ਬਿਲਾਲ ਦੀ ਵੀ ਸੀਗੀ ਅਤੇ ਪੂਰੀ ਵੀਡੀਓ ਨਾ ਸਾਡੇ ਕੋਲ ਬਣ ਨਹੀਂ ਸਕੀ ਅਤੇ ਇਸ ਕਰਕੇ ਨਾ ਇਹ ਮੇਰੀ ਰਾਤੀ ਅਸੀਂ ਲੇਟ ਆਏ ਹਾਂ ਅਤੇ ਇਹ ਨਾ ਮੇਰੀ ਦੂਸਰੇ ਦਿਨ ਦੀ ਨਾ ਵੀਡੀਓ ਮੈਂ ਆਖਾਂ ਤੁਹਾਡੇ ਨਾਲ ਸ਼ੇਅਰ ਕਰਾਂ। ਅਤੇ ਬਿਲਾਲ ਤਿਆਰ ਹੋ ਗਿਆ ਵਾ ਸਕੂਲ ਲਈ ਅਤੇ ਹੁਣ ਨਾ ਨਾਸ਼ਤਾ ਕਰਦਾ ਵਾ, ਇਹ ਕਹਿੰਦਾ ਮੈਂ ਰਸ ਨਾਲ ਦੂਸਰਾ ਨਾਸ਼ਤਾ ਕਰਨਾ ਅਤੇ ਬਾਕੀਆਂ ਵਾਸਤੇ ਨਾ ਮੈਂ ਬਣਾਵਾਂਗੀ ਰੋਟੀ। ਰਾਤੀ ਮੇਰੀ ਬਹੁਤ ਹੀ ਤਬੀਅਤ ਖਰਾਬ ਸੀ, ਮੱਸੇ ਮੈਂ ਘਰ ਪਹੁੰਚੀ ਹਾਂ, ਬਿਲਾਲ ਕਹਿੰਦਾ ਮੈਨੂੰ ਸਰਦੀ ਲੱਗਦੀ ਆ, ਮੈਨੂੰ ਤਾਂ ਵੈਸੇ ਹੀ ਲੱਗਦੀ ਸੀਗੀ, ਮੈਨੂੰ ਬੁਖਾਰ ਚੜਿਆ ਸੀ। ਅਤੇ ਹੁਣ ਸੁਬਹਾ ਦਾ ਨਾਸ਼ਤਾ ਜਿਹੜਾ ਵਾ ਨਾ ਉਹ ਤਿਆਰ ਕਰਦੀ ਹਾਂ, ਦੇਸੀ ਘਿਓ ਜਿਹੜਾ ਮੈਂ ਬਣਾਇਆ ਵਾ ਨਾ ਉਹਦੇ ਬਣਾਉਣ ਲੱਗੀ ਹਾਂ ਪਰਾਂਠੇ। ਮੈਂ ਪਰਾਂਠਾ ਖਾਣਾ ਨਹੀਂ ਅਤੇ ਬਾਕੀਆਂ ਵਾਸਤੇ ਨਾ ਮੈਂ ਬਣਾਵਾਂਗੀ। ਇਸ ਤਰ੍ਹਾਂ ਵਲਾਵੇਂ ਦੇ ਪਰਾਂਠੇ ਬਣਾਵਾਂਗੀ, ਵਲਾਵੇਂ ਦੇ ਪਰਾਂਠੇ ਜਿਹੜੇ ਆ ਨਾ ਬਹੁਤ ਮਜ਼ੇ ਦੇ ਵੀ ਹੁੰਦੇ ਆ ਅਤੇ ਨਾਲੇ ਦੂਸਰਾ ਸਾਡੇ ਘਰ ਦੇ ਪਸੰਦ ਵੀ ਕਰਦੇ ਆ। ਜੀ ਮਾਸ਼ਾਅੱਲਾ ਬਹੁਤ ਹੀ ਪਿਆਰਾ ਪਰਾਂਠਾ ਜਿਹੜਾ ਵਾ ਨਾ ਬਣ ਗਿਆ ਵਾ ਅਤੇ ਦੂਸਰਾ ਪਰਾਂਠਾ ਮੈਂ ਬਣਾਉਣ ਲੱਗੀ ਹਾਂ। ਜੀ ਮਾਸ਼ਾਅੱਲਾ ਨਾਸ਼ਤਾ ਮੈਂ ਬਣਾ ਲਿਆ ਵਾ ਅਤੇ ਹੁਣ ਨਾ ਚਣੇ ਜਿਹੜੇ ਆ ਨਾ ਕਾਲੇ ਮੈਂ ਕੱਲ੍ਹ ਜਾਨਵਰੀ ਨਾ ਭੇਜ ਕੇ ਰੱਖੇ ਸੀਗੇ ਅਤੇ ਹੁਣ ਸੁਬਹਾ ਦਾ ਟਾਈਮ ਆ, ਮੈਂ ਆਖਿਆ ਹਜੇ ਗੈਸ ਹੈਗੀ ਆ ਅਤੇ ਜਲਦੀ ਗਲ ਜਾਣੇ ਆ ਅਤੇ ਮੈਂ ਕਿਹਾ ਚਲੋ ਨਾ ਨਾਲ ਨਾਲ ਨਾ ਚਣੇ ਬਣਾ ਲੈਂਦੀ ਹਾਂ। ਜੀ ਮਾਸ਼ਾਅੱਲਾ ਘਰ ਦੀ ਜਿਹੜੀ ਸਫਾਈ ਆ ਨਾ ਉਹ ਮੈਂ ਸਾਰੀ ਕਰ ਲਈ ਆ, ਕਮਰਿਆਂ 'ਚ ਵੀ ਝਾੜੂ ਫੇਰ ਲਿਆ, ਵਿਹੜੇ 'ਚ ਵੀ ਫੇਰ ਲਿਆ ਵਾ ਝਾੜੂ, ਅਤੇ ਬੈੱਡਸ਼ੀਟ ਜਿਹੜੀ ਹੈ ਨਾ ਉਹ ਮੈਂ ਹਜੇ ਵੀ ਛੋਣੀ ਆ, ਪਹਿਲੇ ਮੈਂ ਝਾੜੂ ਫੇਰਿਆ, ਹੁਣ ਮੈਂ ਨਾ ਪਹਿਲੇ ਮੈਂ ਆਖਾਂ ਚੁੱਲ੍ਹਾ ਧੋ ਲਵਾਂ ਉਹ ਨਾ ਵੇ, ਚਣੇ ਤਾਂ ਵੈਸੇ ਉਬਲ ਗਏ ਆ ਲੇਕਿਨ ਮੈਂ ਆਖਿਆ ਸਾਲਣ ਪਹਿਲੇ ਬਣਾ ਲੈਂਦੀ ਹਾਂ ਅਤੇ ਬਾਅਦ ਦੇ ਵਿੱਚ ਨਾ ਦੂਸਰਾ ਕੰਮ ਕਰਨਗੀ, ਗੈਸ ਨਾ ਚੱਲ ਜਾਵੇ। ਪਿਆਜ਼ ਅਤੇ ਹਰਾ ਲਸਣ ਜਿਹੜਾ ਵਾ ਨਾ ਉਹ ਮੈਂ ਕੱਟ ਕੇ ਰੱਖਿਆ ਵਾ ਅਤੇ ਮੈਂ ਕਿਹਾ ਪਹਿਲੇ ਨਾ ਚਣੇ ਜਿਹੜੇ ਆ ਨਾ ਉਹ ਤਾਂ ਉਬਲ ਗਏ ਆ, ਇਹਨਾਂ ਹਰ ਚੀਜ਼ ਮੈਂ ਇਕੱਠੀ ਪਾਵਾਂਗੀ। ਕਾਲੇ ਚਣੇ ਜਿਹੜੇ ਆ ਨਾ ਇਹਨਾਂ ਦਾ ਜਿਹੜਾ ਅਸਲ ਛੋਰਾ ਵਾ ਨਾ ਉਹਦੇ ਨਾਲ ਕਹਿੰਦੇ
रोटी जड़ी है ना भिगो भिगो के खाओ ते ना सेहत वास्ते बहुत अच्छी होंगे आ काले चने जड़े आ। मैं फिर कल भेज के ना गई सी मैं वैसे भी ज्यादा घर ना काले चने बनाऊंगी हाँ। फिलहाल कुछ ऐसे कल ना आया कर रुका चबा दो कल तक कैसा रुको सर नहीं चने ना वो सब लौट दस सामान ही दूंगा चमचार को अस्सलाम वालेकुम। वालेकुम सलाम आलू चने बना के दे ते बाकी दा ना मैं सालन बनावांगी। बिलाल रशाए कटा वरो का थोड़ी जी काली मिर्च पावांगी हरी मिर्च जड़ी है ना वो मैं एक पाई आ ते इन्हां नूं ना ये हैगा वा सुक्का धनिया हल्दी ते नमक जड़ा वा ना वो पावांगी। मैनूं ना पहले तां मैं जदों उबालन रखे सी ना उदों मैनूं नमक ना भुल गया वा मैं अगे तां नाल ही नमक पा लैंदी आ। बिलाल नू सुबह स्कूल भेजिया सीगा लेकिन है ना एदी टीचर दा ना मैनू मैसेज आया कहंदे सीगी भी मैं अज ना बिलाल नू छुट्टी आ मेरी सेहत नहीं सी ठीक मैं ना मैसेज जड़ा वा ना लेट सुनिया वा ते स्कूल गया लेकिन दोबारा फिर वापस आ गया ते ट्यूशन जाएगा। वैसे तो दूसरा सालन जड़ा वा ना मैं हांडी च बनाउनी आ ये जिहड़ी पतीली आ ना तेज किया के पता नहीं पतीली आ ये ना मैं पानी उबालती सी फिर चने इस करके मैं ये उबालिया मैं क्या ये ना थोड़ी थोड़ी पहले भी काली सी मैं क्या और चने के नाल ना होर ज्यादा काली होगी फिर मैं क्या ये ही सालन बना लेनी हाँ हर चीज़ मैं कट के पहले ये चने ढक्कन उपर रख दी हाँ जो ये पानी खुश्क हो जाएगा ना चनिया का उस तो बाद फिर ना घ्यो पावगी भोनी लावगी चंगी तरह चूल्हे ते ना ए भी जल्दी जल्दी गर्म कर लैनी आ। वैसे तो मैं ना दूसरा घर की सारी सफाई की जी जगह मैं हूं धोती है ना इतने मैं चूल्हा धोता सी मैं ख्या ए भी जगह ना धो लाव साफ हो जाए। इस वीडियो का मैं इतने करांगी एंड अज का वलोग मेरे सी अगर मेरा वलोग पसंद आया हो मेरे चैनल में सबसक्राइब करें लाइक करें शेयर जरूर करें। इसी तरह अपनी भेनों दे इजाजत अल्लाह हाफिज। मैं चैनल को सब्सक्राइब करके लाइक करें शेयर जरूर करें।